ਰਾਜਪੁਰਾ ਥਾਣਾ ਸਦਰ ਪੁਲਿਸ ਵੱਲੋਂ ਮਿਰਜ਼ਾਪੁਰ ਟੀ ਪੁਆਇੰਟ ਉੱਤੇ ਚੰਡੀਗੜ੍ਹ ਤੋਂ ਆ ਰਹੀ ਇੱਕ ਗੱਡੀ ਵਿੱਚ ਭਾਰੀ ਮਾਤਰਾ ਵਿੱਚ ਚੰਡੀਗੜ੍ਹ ਦੀ ਸਸਤੀ ਸ਼ਰਾਬ ਲੱਦੀ ਹੋਈ ਸੀ ਜੋ ਕਿ ਬਿਨਾਂ ਪਰਮਿਟ ਤੋਂ ਸੀ। ਜਿਸ ਦੀ ਸੁਰਜੀਤ ਸਿੰਘ ਢਿੱਲੋਂ ਐਕਸਾਈਜ਼ ਨੇ ਸੂਚਨਾ ਦਿੱਤੀ ਤਾਂ ਪੁਲਿਸ ਨੇ ਨਾਕੇਬੰਦੀ ਦੌਰਾਨ ਗੱਡੀ ਨੂੰ ਕਾਬੂ ਕਰ ਲਿਆ, ਜਿਸ ਵਿੱਚ 100 ਪੇਟੀਆਂ ਦੇਸੀ ਸ਼ਰਾਬ ਬਰਾਮਦ ਹੋਈਆਂ। ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਇਸ ਪੂਰੇ ਮਾਮਲੇ ਸੰਬੰਧੀ ਪੁਲਿਸ ਨੇ ਜਾਣਕਾਰੀ ਦਿੱਤੀ। ਹਾਂਜੀ, ਅਸੀਂ ਨਾ ਮਿਰਜ਼ਾਪੁਰ ਨਾਕਾ ਲਾਇਆ ਸੀ ਟੀ ਪੁਆਇੰਟ ਦੇ ਉੱਤੇ, ਇੱਕ ਗੱਡਾ ਟੈਂਪੂ ਆ ਰਿਹਾ ਸੀ ਜੀ। ਜਦੋਂ ਅਸੀਂ ਸ਼ੱਕ ਦੀ ਬਿਨਾਂ 'ਤੇ ਰੋਕਿਆ ਤਾਂ ਉਹ ਡਰਾਈਵਰ ਭੱਜ ਗਿਆ। ਜਦੋਂ ਇਹਦੀ ਅਸੀਂ ਚੈੱਕ ਕਰੀ, ਇਹਦੇ ਵਿੱਚ ਸ਼ਰਾਬ ਸੀ ਦੇਸੀ 110 ਪੇਟੀ। ਅਤੇ ਕੀ ਕਾਰਵਾਈ ਕਰੀਏ ਹੁਣ? ਇਹਨੂੰ ਅਸੀਂ ਆਪਣੇ ਕਬਜ਼ੇ 'ਚ ਲੈ ਕੇ ਜਿਹੜੀ ਤਫਸੀਸ ਹੈ ਉਹ ਜਾਰੀ ਹੈ, ਅੱਗੇ ਦੇ ਪਰਚਾ ਦੇ। ਡਰਾਈਵਰ ਵਗੈਰਾ ਕੋਈ ਫੜਿਆ ਨਹੀਂ, ਮੌਕੇ 'ਤੇ ਹੀ ਫਰਾਰ ਹੋ ਗਿਆ ਜੀ ਉਹ, ਅਤੇ ਬਾਕੀ ਸਾਰੀ ਤਫਸੀਸ ਜਾਰੀ ਹੈ ਹੁਣ।